ਇਨਸਾਫ ਦੀ ਲੜਾਈ ਚ ਆਪਣਾ ਹਿੱਸਾ ਪਾਉਣ ਵਾਸਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਾਰਿਸ ਪੰਜਾਬ ਔਰ ਉਹਨਾਂ ਦੇ ਸਹਿਯੋਗੀਆਂ ਤੇ ਹੋ ਰਹੇ ਤਸ਼ੱਦਦ ਦੇ ਖਿਲਾਫ ਜੋ ਉਹਨਾਂ ਨੇ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ਰੱਖੀ ਸੀ ਉਹਦੇ ਵਾਸਤੇ ਜੋ ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਇਕੱਠ ਕੀਤਾ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰੋਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ ਕਹਾਣੀ ਪੰਜਾਬ ਨਿਸ਼ਾਨੇ ਤੇ ਕਿਉਂ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਖਾਸ ਤੌਰ ਤੇ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਦਾ ਇੱਕ ਇਲਾਕਾ ਦੇਵਾਂਗੇ ਜਿੱਥੇ ਤੁਸੀਂ ਵੀ ਆਜ਼ਾਦੀ ਦਾ ਆਨੰਦ ਮਾਣ ਸਕੋ ਹਵਾ ਲੈ ਸਕੋ। ਲੇਕਿਨ ਆਜ਼ਾਦ ਹੁੰਦਿਆਂ ਸਾਰ ਸਭ ਤੋਂ ਪਹਿਲਾਂ ਹਮਲਾ ਪੰਜਾਬ ਤੇ ਹੋਇਆ। ਬਾਕੀ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਸੂਬੇ ਬਣਾਏ ਗਏ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਾ ਦਿੱਤੇ ਗਏ। ਲੇਕਿਨ ਪੰਜਾਬ ਨੂੰ ਇਹਦੇ ਵਾਸਤੇ ਵੀ ਜੂਝਣਾ ਪਿਆ ਔਰ ਉਸ ਤੋਂ ਬਾਅਦ ਪੰਜਾਬੀ ਸੂਬੇ ਮੋਰਚੇ ਤੋਂ ਬਾਅਦ ਧਰਮ ਯੁੱਧ ਮੋਰਚਾ ਕਪੂਰੀ ਦੇ ਮੋਰਚਾ ਬਹੁਤ ਮੋਰਚੇ ਲੱਗੇ ਪਰ ਕਿਉਂਕਿ ਜਿਹੜੀ ਇੱਕ ਦੇਸ਼ ਵਿੱਚ ਕੋਈ ਸਰਕਾਰ ਹੋਵੇ ਉੱਤੇ ਇੱਕ ਡੀਪ ਸਟੇਟ ਪਾਲਿਸੀ ਚੱਲਦੀ ਆ ਡੂੰਗੀ ਸਰਕਾਰੀ ਨੀਤੀ ਪੰਜਾਬ ਦੇ ਪ੍ਰਤੀ ਔਰ ਜੰਮੂ ਉਹ ਜਿਹੜਾ ਉਹਨਾਂ ਦਾ ਰਾਜ ਰਿਹਾ 40-45 ਸਾਲ ਉਹ ਇੱਕ ਦੁਨੀਆ ਦੇ ਵਿੱਚ ਸਭ ਤੋਂ ਬਿਹਤਰੀਨ ਰਾਜ ਜਿੱਥੇ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਜਿੱਥੇ ਕੋਈ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਔਰ ਸਭ ਨਾਲ ਇਨਸਾਫ ਚਾਹੇ ਮਹਾਰਾਜਾ ਦੀ ਰੱਖ ਅੱਖ ਇੱਕ ਸੀਗੀ ਲੇਕਿਨ ਉਹਨੇ ਇਨਸਾਫ ਸਭ ਨੂੰ ਬਰਾਬਰ ਦਾ ਦਿੱਤਾ। ਸੋ ਚੁੱਕਦਾ ਆਪਣਾ ਪਿਛੋਕੜ ਹੈ ਜੋ ਬੋਤਾ ਸਿੰਘ ਦਾ ਗਰਜਾ ਸਿੰਘ ਦਾ ਸੁੱਖਾ ਸਿੰਘ ਦਾ ਮਹਿਤਾਬ ਸਿੰਘ ਦਾ ਮਾਈ ਭਾਗੋ ਦਾ ਔਰ ਇਹ ਜਿਹੜੇ ਆਪਾਂ ਚਿੰਨ੍ਹ ਬਣਾਏ ਜਿਹੜੇ ਚਿੰਨ੍ਹ ਗੱਡੇ ਇਸ ਦੇਸ਼ ਦੇ ਵਿੱਚ ਔਰ ਇਨਸਾਨੀਅਤ ਤੇ ਮਨੁੱਖਤਾ ਦੀ ਰਖਵਾਲੀ ਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਮੈਂ ਆਜ਼ਾਦ ਦੇਸ਼ ਦੀ ਗੱਲ ਕਰਦਾ ਤੁਸੀਂ ਕੋਈ ਕਸਰ ਨਹੀਂ ਛੱਡੀ ਕਿਸੇ ਨੇ ਇੱਥੇ ਜਿੰਨੇ ਤੁਸੀਂ ਖੜੇ ਹੋ ਭੈਣਾਂ ਬੀਬੀਆਂ ਬਜ਼ੁਰਗ ਨੌਜਵਾਨ ਮੈਨੂੰ ਦੁੱਖ ਇਸ ਗੱਲ ਨਾਲ ਕਹਿਣਾ ਪੈਂਦਾ ਹੋ ਸਕਦਾ ਕਿਸੇ ਨੂੰ ਕੌੜੀ ਲੱਗੇ ਗੱਲ ਲੇਕਿਨ ਸਾਡੀ ਲੀਡਰਸ਼ਿਪ ਹਮੇਸ਼ਾ ਕੰਪਰੋਮਾਈਜ਼ ਰਹੀ ਹੈ। ਤੁਸੀਂ ਤਾਂ ਦੱਬ ਕੇ ਪ੍ਰੈਸ਼ਰ ਬਣਾ ਦਿੱਤਾ ਜਦੋਂ ਲੜਾਈ ਐਨ ਕੰਡੇ ਤੇ ਚੱਲ ਜਾਂਦੀ ਆ ਉਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰ ਦਿੰਦੇ ਨੇ ਜਿਹਦੇ ਨਾਲ ਸਾਰੀ ਕੌਮ ਨੂੰ ਸ਼ਰਮਨਾਕ ਹੋਣਾ ਪੈਂਦਾ ਵਾ। ਸੋ ਅੱਜ ਵੀ ਜਿਹੜੇ ਸਾਡੇ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਰਖਵਾਲੀ ਕਰਦੇ ਹਾਂ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਵਾਰਸ ਹੈ ਉਹ ਕਿੱਥੇ ਨੇ ਉਹ ਕਿੱਥੇ ਆ ਜਦੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਣਕੇ ਨੂੰ ਪੁਲਿਸ ਨੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੈਂਕੜਿਆਂ ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਬੱਚਿਆਂ ਨੂੰ ਬਖਸ਼ਿਆ ਨਹੀਂ ਗਿਆ। ਐਨਐਸਏ ਤਾਂ ਉਹਨਾਂ ਤੇ ਲੱਗਣੀ ਚਾਹੀਦੀ ਸੀਗੀ ਐਨਐਸਏ ਤਾਂ ਸੁਮੇਧ ਸਿੰਘ ਸੈਣੀ ਤੇ ਲੱਗਣੀ ਚਾਹੀਦੀ ਆ ਐਨਐਸਏ ਤਾਂ ਉਹਨਾਂ ਤੇ ਲੱਗਣੀ ਚਾਹੀਦੀ ਬਜਾਏ ਉੱਥੇ 307 ਲਾ ਦਿੰਦੇ 452 ਲਾ ਦਿੰਦੇ ਅੰਮ੍ਰਿਤਸਰ ਜੇਲ੍ਹ ਚ ਰੱਖਦੇ ਟ੍ਰਾਇਲ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਤੁਸੀਂ ਚੱਕ ਕੇ ਉਹਨੂੰ ਦਿਬਰੂਗੜ੍ਹ ਦੀ ਉਸ ਜੇਲ੍ਹ ਚ ਭੇਜਤਾ ਜਿਸ ਸਟੇਟ ਵਿੱਚ ਸਭ ਤੋਂ ਘੱਟ ਸਿੱਖਾਂ ਦੀ ਆਬਾਦੀ ਹੈ ਨੌਟ ਈਵਨ 1% 1% ਸਿੱਖ ਨਹੀਂ ਤਾਂ ਕਿ ਉੱਥੇ ਉਹ ਮਿਲ ਨਾ ਸਕੇ ਕੋਈ ਇਹਦੀ ਮਦਦ ਨਾ ਕਰ ਸਕੇ ਇਹਦੀ ਕੋਈ ਆਵਾਜ਼ ਨਾ ਉੱਠ ਸਕੇ ਔਰ ਇੱਥੇ ਦੁੱਖ ਇੱਥੇ ਹੁਣ ਆਉਂਦਾ ਕਿ ਹੁਣ ਸਾਡਾ ਪੰਜਾਬ ਦਾ ਮੁੱਖ ਮੰਤਰੀ ਪਾਗਿਆ ਬੰਨੀ ਹੋਈ ਸਿਰ ਦੇ ਉੱਤੇ ਭਗਵੰਤ ਸਿੰਘ ਮਾਨ ਹੈ 92 ਆਦਮੀ ਪੰਜਾਬ ਨੇ ਜਿਤਾਏ ਇਹਨੇ ਪਲੇਟ ਚ ਰੱਖ ਕੇ ਦੇ ਦਿੱਤਾ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਦੀ ਸਰਕਾਰ ਦੇ ਉੱਤੇ ਮੈਂ ਸੁਣਿਆ ਕੇਜਰੀਵਾਲ ਦਾ ਬਿਆਨ ਕਹਿੰਦਾ ਹਮਨੇ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਅਗਰ ਦਿੱਲੀ ਦੁਬਾਰਾ ਹਮਾਰੀ ਮਦਦ ਮੰਗੇਗੀ ਹਮ ਉਨਕੋ ਵੀ ਦੇਂਗੇ। ਬੀਜੇਪੀ ਦਾ ਰਵੱਈਆ ਤਾਂ ਆਪਾਂ ਨੂੰ ਪਤਾ ਵਾ ਇਹਦੇ ਚ ਤਾਂ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਉਹ ਘੱਟ ਗਿਣਤੀਆਂ ਦੇ ਖਿਲਾਫ ਨੇ ਉਹ ਮੈਜੋਰਿਟੇਰੀਅਨ ਸਟੇਟ ਬਣਾ ਰਹੇ ਨੇ
ਉਹ ਥੀਓਕ੍ਰੈਟਿਕ ਸਟੇਟ ਬਣਾਉਣ ਵੱਲ ਵਧ ਰਹੇ ਨੇ। ਆਹ ਜਿਹੜਾ ਹੁਣ ਕਾਨੂੰਨ ਬਣਿਆ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ, ਇਹ ਸਾਰੇ ਦੇਸ਼ ਵਿੱਚ 24 ਦੀ ਇਲੈਕਸ਼ਨ ਤੋਂ ਬਾਅਦ ਲਾਗੂ ਹੋਣਾ ਵਾ। ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚ ਨਹੀਂ ਲੰਘਣਾ ਪੈਣਾ ਵਾ, ਨਾ ਮੁਸਲਮਾਨਾਂ ਦੇ, ਨਾ ਬੋਧੀਆਂ ਦੇ, ਨਾ ਜੈਨੀਆਂ ਦੇ, ਨਾ ਈਸਾਈਆਂ ਦੇ, ਨਾ ਦਲਿਤਾਂ ਦੇ, ਨਾ ਸਿੱਖਾਂ ਦੇ। ਉਹ ਰੀਤੀ ਰਿਵਾਜ ਰਹਿਣਗੇ ਜਿਹੜੇ ਵਾਸਤੇ ਆਪਾਂ ਮੰਗ ਰਹੇ ਹਾਂ। ਅਸੀਂ ਤਾਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਆ। ਸਾਡੇ ਉਸ ਵਕਤ ਦੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਪ੍ਰਕਾਸ਼ ਸਿੰਘ ਬਾਦਲ ਨੇ ਤਾਂ 1984 ਚ ਦਰਬਾਰ ਪਾਰਲੀਮੈਂਟ ਦੇ ਸਾਹਮਣੇ ਕੌਂਸਟੀਟਿਊਸ਼ਨ ਦੀ ਧਾਰਾ 25 ਕਲੋਜ਼ 1 ਉਹਨੂੰ ਪਾੜ ਕੇ ਸੁੱਟਿਆ ਹੋਇਆ ਅੱਗ ਲਾ ਦਿੱਤੀ ਸੀਗੀ। ਲੇਕਿਨ ਸਾਨੂੰ ਦੁੱਖ ਆਪਣਿਆਂ ਤੇ ਆ, ਉਹ ਤਾਂ ਕਰਨਗੇ ਸਭ ਕੁਛ, ਉਹ ਤਾਂ ਹਲੇ 24 ਤੋਂ ਬਾਅਦ ਪਤਾ ਨੀ ਕੀ ਕੁਛ ਹੋਣਾ। ਇੱਥੇ ਨਿੰਦਿਆ ਕਰਦੇ ਆ, ਤਾੜਨਾ ਕਰਦੇ ਆ ਕਿ ਆਹ ਜਿਹੜਾ ਇਕੱਠ ਹੋਇਆ ਅੱਜ ਆਪ ਮੁਹਾਰੇ, ਔਰ ਜਿਹੜੇ ਇੱਥੇ ਮਤੇ ਪੜੇ ਗਏ ਨੇ ਉਹਨਾਂ ਦੀ ਤਾਈਦ ਕਰਦਾ ਮੈਂ। ਔਰ ਮੈਂ ਅੱਜ ਦੇ ਹਾਕਮਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਦਿੱਲੀ ਯਾਰ ਚੀਕਾਂ ਮਾਰਦੇ ਹੋ, ਚੀਕਾਂ। ਅਰਵਿੰਦ ਕੇਜਰੀਵਾਲ ਕਹਿ ਰਿਹਾ ਹਮ ਤੋ ਕੱਟੜ ਇਮਾਨਦਾਰ ਹੈ, ਹਮਾਰੇ ਸਿਸੋਡੀਆ ਔਰ ਸਤਿੰਦਰ ਜੈਨ ਕੋ ਜੇਲ੍ਹ ਮੇ ਬੰਦ ਕਰ ਦਿਆ ਸ਼ਰਾਬ ਮੇ, ਕੀ ਵਿਜੀਲੈਂਸ ਦਾ ਉਪਯੋਗ ਠੀਕ ਹੋ ਰਿਹਾ? ਇੱਥੇ ਪੰਜਾਬ ਦੇ ਵਿੱਚ ਆਣ ਕੇ ਕਹਿੰਦਾ ਅਸੀਂ ਇੱਕ ਸਮਗਲਰ ਫੜਿਆ ਵਾ, ਜਿਸ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਵਜੋਂ ਮਿਰਤੇ ਆ ਐਨਡੀਪੀਐਸ ਦਾ ਝੂਠਾ ਮਨ ਘੜਤ ਇੱਕ ਪਰਚਾ ਦਰਜ ਕੀਤਾ 2017 ਚ, ਉਸੇ ਵਿੱਚ ਮੈਨੂੰ ਆਣ ਕੇ ਕਹਿ ਰਿਹਾ ਕਿ ਸਮਗਲਰ ਹੈ। ਔਰ ਭਗਵੰਤ ਮਾਨ ਨੇ ਇੱਕ ਵਾਰ ਨਹੀਂ ਕਈ ਵਾਰ ਕਿਹਾ ਮੈਂ ਪਾਰਲੀਮੈਂਟ ਚੁੱਕੂ, ਖਹਿਰਾ ਨਿਰਦੋਸ਼ ਹੈ। ਅਸੀਂ ਸਮਗਲਰ, ਸਾਡੀਆਂ 3-4 ਮਹੀਨੇ ਜਵਾਨਤਾ ਹੋ ਜਾਣ, ਉਹ ਕੱਟੜ ਇਮਾਨਦਾਰ। ਇਸ ਲਈ ਦੋਸਤੋ ਦੋਗਲੀ ਨੀਤੀ, ਆਹ ਮੀਡੀਆ ਜਿਹੜਾ ਖੜਾ, ਸਾਡੇ 3-4 ਕੈਮਰੇ ਰਹਿ ਗਏ ਨੇ ਇੱਥੇ, ਦੇਖ ਲਓ ਤੁਸੀਂ, ਜਾਂ ਸੋਸ਼ਲ ਮੀਡੀਆ ਲੈ ਗਿਆ ਤੁਹਾਡਾ ਜਿਹੜਾ ਤੁਹਾਡੇ ਕੋਲ ਆਪਣੇ ਹੱਥਾਂ 'ਚ ਫੜਿਆ। ਕੋਈ ਮੇਨ ਸਟ੍ਰੀਮ ਮੀਡੀਆ ਦਿਖਾ ਹੀ ਨਹੀਂ ਰਿਹਾ, ਕੋਈ ਮੇਨ ਸਟ੍ਰੀਮ ਇਲੈਕਟ੍ਰੋਨਿਕ ਤੇ ਪ੍ਰਿੰਟ ਅਖਬਾਰਾਂ ਕੱਲ ਨੂੰ ਛਾਪਣਗੀਆਂ ਨਹੀਂ। ਤੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ? ਤੁਸੀਂ ਕਹਿੰਦੇ ਗੋਦੀ ਮੀਡੀਆ ਬਣਾ ਦਿੱਤਾ, ਅਸੀਂ ਕਹਿੰਦੇ ਤੁਸੀਂ ਇੱਥੇ ਕਬਜ਼ਾ ਕੀਤਾ। ਸੋ ਸਾਨੂੰ ਆਪਣਿਆਂ ਨਾਲ ਦੁੱਖ ਆ, ਚਾਹੇ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਦੇ ਟੇਬਲ ਦੇ ਉੱਤੇ ਭਾਈ ਗੁਰਦੇਵ ਸਿੰਘ ਜਥੇਦਾਰ ਸਾਹਿਬ ਦੀ ਫਾਈਲ ਇਨਕੁਆਇਰੀ ਰਿਪੋਰਟ ਪਈ ਰਹੀ ਆ, ਚਾਹੇ ਹੋਰ ਹੋਏ ਅਨਿਆਂ ਤੇ ਜ਼ੁਲਮ ਦੀਆਂ ਫਾਈਲਾਂ ਉਹਨਾਂ ਦੇ ਕੋਲ ਪਈਆਂ ਰਹੀਆਂ, ਸਾਨੂੰ ਆਪਣਿਆਂ ਨਾਲ ਦੁੱਖ ਆ। ਹੁਣ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਹੜੀ ਬੇਅਦਬੀ ਦਾ ਵੱਡਾ ਕੇਸ ਹੈ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ, 295 ਦੀ FIR ਆ। ਫਰੀਦਕੋਟ ਦੇ SSP ਨੇ ਹੋਮ ਡਿਪਾਰਟਮੈਂਟ, ਪੰਜਾਬ ਗਵਰਨਮੈਂਟ, ਜਿਹੜਾ ਹੋਮ ਮਿਨਿਸਟਰ ਭਗਵੰਤ ਮਾਨ ਹੈ, ਉਹਦੇ ਟੇਬਲ ਤੇ ਪਈ ਕਿ ਸੈਂਕਸ਼ਨ ਦੇ, ਮਨਜ਼ੂਰੀ ਦੇ, ਅਸੀਂ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਹਾਂ। ਪੌਣੇ 2 ਸਾਲ ਦੀ ਫਾਈਲ ਜਿਉਂ ਦੀ ਤਿਉਂ ਉਹਦੇ ਟੇਬਲ ਦੇ ਉੱਤੇ ਪਈ। ਸੋ ਬਹੁਤ ਦਾਸਤਾਨਾਂ ਲੰਬੀਆਂ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਬਹੁਤ ਦੂਰ ਦਰਾਡੇ ਤੋਂ ਆਏ ਹੋ, ਮੈਂ ਔਰ ਵੱਧ ਕੰਮ ਕਰਦੇ 2 ਘੰਟੇ ਉਹ ਆਣ ਕੇ ਮਿੰਤ ਕੱਢਦੇ ਨੇ ਕਿ ਤੁਹਾਡੀ ਕੀ ਸਮੱਸਿਆ ਵਾ। ਭੁੱਖ ਹੜਤਾਲ, ਵੈਸਟਰਨ ਕੰਟਰੀਜ਼, ਵਿਕਸਿਤ ਦੇਸ਼ਾਂ 'ਚ ਚੰਗੇ ਲੀਡਰ, ਉਹਨਾਂ ਨੇ ਇਹਨਾਂ ਦੇ ਕੋਲ ਪਹੁੰਚਣਾ ਸੀ ਇੱਥੇ ਕਿ ਮਾਤਾ ਜੀ ਦੱਸ ਦਿਓ ਕੀ ਗੱਲ ਹੈ। 25 ਦਿਨ ਤੋਂ ਇਹ ਭੁੱਖੇ ਬੈਠੇ ਨੇ। ਭਗਵੰਤ ਔਰ BJP ਦੇ ਆਗੂ ਨੂੰ ਪੁੱਛਣਾ, ਤੁਹਾਨੂੰ ਇੱਕ ਵਕਤ ਦੀ ਰੋਟੀ ਨਾ ਮਿਲੇ, ਇੱਕ ਵਕਤ ਦੀ ਤੁਹਾਨੂੰ ਰੋਟੀ ਨਾ ਮਿਲੇ, ਤੁਹਾਡੀ ਜਾਨ ਨਿਕਲ ਜਾਂਦੀ ਹੈ। ਤੁਸੀਂ